ਸਤਿ ਸ਼੍ਰੀ ਅਕਾਲ ਦੋਸਤੋ, ਪਿਛਲੇ ਦਿਨੀ 17 ਜੂਨ ਨੂੰ ਮੈਂ ਇੱਕ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਪਾਈ ਸੀ। ਜਿਹੜੀਆਂ ਭੈਣ ਨੂੰ ਅੱਖਾਂ ਤੋਂ ਦਿਖਦਾ ਨਹੀਂ ਆ, ਬਹੁਤ ਗਰੀਬ ਫੈਮਿਲੀ ਆ ਅਤੇ ਉਹਦਾ ਲਗਾਤਾਰ ਹੁਣ ਅਸੀਂ ਟ੍ਰੀਟਮੈਂਟ ਕਰਵਾ ਰਹੇ ਸਾਂ ਅਤੇ ਅੱਜ ਮੇਰੇ ਟੀਮ ਦੇ ਮੈਂਬਰ ਜਿਹੜੇ, ਮੈਂ ਡਿਊਟੀ 'ਤੇ ਹੋਣ ਕਰਕੇ ਨਹੀਂ ਜਾ ਸਕਿਆ, ਮੇਰੀ ਟੀਮ ਦੇ ਮੈਂਬਰ ਜਿਹੜੇ ਉਹ ਭੈਣ ਦਾ ਅੱਖਾਂ ਦਾ ਅੱਜ ਚੈੱਕਅਪ ਕਰਵਾਉਣ ਗਏ ਸੀ ਅਤੇ ਡਾਕਟਰ ਨੇ ਉਹ ਭੈਣ ਦਾ ਇੱਕ ਅੱਖ ਦਾ ਓਪਰੇਸ਼ਨ ਦੱਸ ਦਿੱਤਾ ਹੈ ਅਤੇ ਨਾਲ ਡਾਕਟਰ ਨੇ ਕਿਹਾ ਕਿ 50-50% ਚਾਂਸ ਨੇ ਇਹਦੀ ਲਾਈਟ ਆ ਸਕਦੀ ਆ। ਪਰ ਦੋਸਤੋ, ਮਾਲਕ ਦੀ ਕਿਰਪਾ ਦੇ ਨਾਲ, ਤੁਹਾਡੇ ਭੈਣਾਂ ਭਰਾਵਾਂ ਦੇ ਆਸ਼ੀਰਵਾਦ ਨਾਲ ਅਤੇ ਮਾਲਕ ਦੇ ਅੱਗੇ ਮੈਂ ਕਹਿੰਦਾ ਕਿ ਅਰਦਾਸ ਕਰੋ ਸਾਰੇ ਕਿ 50% ਜਿਹੜੀ ਨਿਗਾਹ ਆ ਸਕਦੀ ਹੈ ਨਾ, ਪੋਜ਼ਿਟਿਵਲੀ ਲੈ ਕੇ ਚੱਲੀਏ ਅਤੇ ਉਹ ਭੈਣ ਦੀਆਂ ਅੱਖਾਂ ਦੀ ਲਾਈਟ ਜਿਹੜੀ ਆ ਉਹ ਆ ਜਾਵੇ ਅਤੇ ਉਹ ਆਪਣੇ ਬੱਚਿਆਂ ਨੂੰ ਦੇਖ ਸਕੇ। ਤੁਸੀਂ ਉਹ ਪੋਸਟ ਦੇਖੀ ਹੋਊਗੀ, ਮੇਰਾ ਫੇਸਬੁੱਕ ਪੇਜ #ਸਤਿੰਦਰ ਗਿੱਲ, ਤੁਸੀਂ ਜੇ ਨਹੀਂ ਦੇਖੀ ਤਾਂ ਉਹ ਦੇਖ ਸਕਦੇ ਹੋ। 17 ਤਰੀਕ ਨੂੰ ਮੈਂ ਪਾਈ ਸੀ। ਛੋਟਾ ਬੱਚਾ ਕਿੰਨਾ ਰੋ ਰਿਹਾ ਕਿ ਮੇਰੀ ਮਾਂ ਦਾ ਜਿਹੜਾ ਅੱਖਾਂ ਦਾ ਇਲਾਜ ਕਰਵਾਇਆ ਜਾਵੇ, ਸਾਡੇ ਕੋਲ ਪੈਸੇ ਹੈ ਨਹੀਂ ਆ। ਅਤੇ ਅੱਜ ਮੇਰੀ ਟੀਮ ਦੇ ਮੈਂਬਰ ਗਏ ਸੀ ਅਤੇ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਚਲੋ ਉਹ ਭੈਣ ਨੂੰ ਅੱਖਾਂ ਤੋਂ ਦਿਖਣ ਲੱਗ ਜੇ, ਉਹ ਆਪਣੇ ਪਰਿਵਾਰ ਨੂੰ, ਬੱਚਿਆਂ ਨੂੰ, ਮਤਲਬ ਰੋਂਦੀ ਭੈਣ ਦੇਖੀ ਨਹੀਂ ਸੀ ਜਾਂਦੀ ਜਦੋਂ ਕਹਿੰਦੀ ਮੈਂ ਆਪਣੇ ਬੱਚਿਆਂ ਨੂੰ ਟੋ ਟੋ ਕੇ, ਮਤਲਬ ਛੂ ਛੂ ਕੇ ਕਹਿੰਦੀ ਮੈਂ ਦੇਖਦੀ ਹਾਂ ਕਿ ਕਿੱਡੇ ਹੋ ਗਏ ਆ ਔਰ ਅੱਖਾਂ 'ਚੋਂ ਅੱਥਰੂ ਨਹੀਂ ਰੁਕਦੇ। ਅਤੇ ਉਹ ਭੈਣ ਦਾ ਜਿਹੜਾ ਵਾ ਉਹ ਇਲਾਜ ਜਿਹੜਾ ਹੁਣ ਓਪਰੇਸ਼ਨ ਆਪਾਂ ਥੋੜ੍ਹੇ ਦਿਨਾਂ ਤੱਕ ਕਰਾਉਣਾ ਵਾ ਅਤੇ ਉਹਦੇ ਲਈ ਤੁਹਾਡੀ ਥੋੜ੍ਹੀ ਥੋੜ੍ਹੀ ਮਦਦ ਦੀ ਲੋੜ ਆ, ਜ਼ਿਆਦਾ ਨਹੀਂ, ਥੋੜ੍ਹੀ ਥੋੜ੍ਹੀ ਮਦਦ ਦੀ ਲੋੜ ਆ। ਜੋ ਵੀ ਸੰਭਵ ਹੋ ਸਕੇ ਉਹਦੀ ਮਦਦ ਕਰੋ ਅਤੇ ਇਹ ਵੀਡੀਓ ਨੂੰ ਪੂਰਾ ਦੇਖਿਓ, ਲਾਸਟ ਤੱਕ ਦੇਖੋ। ਮੈਂ ਤੁਹਾਨੂੰ ਉਹ ਭੈਣ ਦੇ ਥੋੜ੍ਹੇ ਜਿਹੇ 1-2 ਕਲਿੱਪ ਦਿਖਾ ਦਿੰਦਾ, ਸ਼ਾਇਦ ਤੁਹਾਨੂੰ ਉਹ ਪੋਸਟ ਯਾਦ ਨਾ ਹੋਵੇ ਅਤੇ ਆਪਾਂ ਉਹਦੀ ਮਦਦ ਕਰਨੀ ਆ ਜ਼ਰੂਰ। ਅਤੇ ਜਿਹੜੇ ਜਿਹੜੇ ਮੇਰੇ ਵੀਰ ਅੱਗੇ ਆ ਸਕਦੇ ਆ ਉਹ ਪਲੀਜ਼ ਜਲਦੀ ਹੁਣ ਕਰਿਓ, ਕਿਉਂ ਅੱਜ ਤਰੀਕ ਹੈਗੀ ਆ, ਕਿੰਨੀ ਡੇਟ ਆ ਕਾਕੇ? ਅੱਜ ਸ਼ਾਇਦ 14 ਤਰੀਕ, ਅੱਜ 14 ਤਰੀਕ ਆ, 14 ਤਰੀਕ ਆ ਅਤੇ ਆਪਾਂ ਜਿਹੜਾ ਮਤਲਬ 17-18 ਤਰੀਕ ਤੱਕ ਹੋ ਸਕਦਾ ਓਪਰੇਸ਼ਨ ਹੋ ਜੇ, ਉਹਦੇ ਲਈ ਆਪਾਂ ਨੂੰ ਪੈਸੇ ਚਾਹੀਦੇ ਆ ਥੋੜ੍ਹੇ ਥੋੜ੍ਹੇ, ਜੋ ਵੀ ਹੋ ਸਕਦਾ ਕਰ ਲਓ। ਮੈਂ ਪੋਸਟ ਭੈਣ ਦੀ ਪਾਉਣ ਲੱਗਾ ਵਾਂ, ਠੀਕ ਆ? ਅਤੇ ਦੇਖ ਲਿਓ, ਮੇਰੇ ਟੀਮ ਦੇ ਮੈਂਬਰ ਗਿਆ ਸੀ, ਉਹ ਵੀ ਤੁਹਾਨੂੰ ਕੁਛ ਕਹਿਣਾ ਚਾਹੁੰਦੇ ਆ, ਉਹ ਵੀ ਦੇਖ ਲਓ ਪਲੀਜ਼। ਵੀਡੀਓ ਸਾਰਾ ਦੇਖਿਓ। ਗੁਰੂ ਪਿਆਰੀ ਸਾਧ ਸੰਗਤ ਜੀਓ, ਅਸੀਂ ਪਿਛਲੀ ਵਾਰੀ ਵੀ 7 ਤਰੀਕ ਦੇ ਇੱਕ ਜੋ ਭੈਣ ਆਪਣੇ ਜਿਨ੍ਹਾਂ ਨੂੰ ਦਿਸਦਾ ਨਹੀਂ, ਅੱਖਾਂ ਮਤਲਬ ਉਹਨਾਂ ਦੀਆਂ ਚਲੀਆਂ ਗਈਆਂ, ਉਹਨਾਂ ਦੇ ਇਲਾਜ ਵਾਸਤੇ ਅਸੀਂ ਓਮ ਪ੍ਰਕਾਸ਼ ਹੋਸਪਿਟਲ ਦੇ ਵਿੱਚ ਉਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ, ਜੋ ਕਿ ਸਾਡੇ ਮਾਣਯੋਗ ਸਤਿੰਦਰ ਭਾਅ ਜੀ, ਸਤਿੰਦਰ ਸਿੰਘ ਗਿੱਲ, ਜੋ ਕਿ ਪੁਲਿਸ ਡਿਪਾਰਟਮੈਂਟ ਵਿੱਚ ਨੇ, ਅਤੇ ਅੱਜ ਉਹਨਾਂ ਦੀ ਡਿਊਟੀ ਸੀ, ਇਸ ਲਈ ਉਹ ਸੇਵਾ ਅੱਜ ਸਾਨੂੰ ਬਖਸ਼ ਹੋਈ ਹੈ ਅਤੇ ਅਸੀਂ ਇਸ ਭੈਣ ਦਾ ਇਲਾਜ ਕਰਵਾਉਣ ਵਾਸਤੇ ਅੱਜ ਓਮ ਪ੍ਰਕਾਸ਼ ਹੋਸਪਿਟਲ ਗਏ ਸੀ। ਅਤੇ ਆਹ ਸਾਡੀ ਭੈਣ ਹੈ ਅਤੇ ਇਹਦਾ ਇਲਾਜ ਕਰਵਾਉਣ ਵਾਸਤੇ ਆਏ ਸੀ ਅਤੇ ਡਾਕਟਰਾਂ ਨੇ ਇਹਨਾਂ ਦੇ ਹੁਣ ਓਪਰੇਸ਼ਨ ਵਾਸਤੇ ਇਹਨਾਂ ਨੂੰ ਰਾਈਟ ਅੱਖ ਦਾ ਓਪਰੇਸ਼ਨ ਜੋ ਕਿ ਉਹਨਾਂ ਨੇ ਦੱਸਿਆ। ਦੱਸੋ ਪੁੱਤ, ਸਾਰੇ ਸਾਰੇ ਤੁਹਾਨੂੰ ਦੇਖਣ ਦੇ ਆ, ਦੱਸੋ ਕੀ ਕਹਿਣਾ ਤੁਸੀਂ, ਕਹਿਣਾ ਤੁਸੀਂ ਕੁਛ ਆਪਣੀ ਮੰਮਾ ਵਾਸਤੇ ਦੱਸੋ? ਅੱਖਾਂ ਬਣਾ ਜਾਵੇ, ਸਾਡੀ ਮੰਮੇ ਦੀ ਅੱਖਾਂ 'ਚ ਬਹੁਤ ਜ਼ਿਆਦਾ ਪੈਰ ਲੱਗਣੇ ਨੇ। ਰੋਣਾ ਨਹੀਂ ਹੈ ਪੁੱਤ, ਰੋਣਾ ਨਹੀਂ ਆ, ਰੋਣਾ ਨਹੀਂ ਆ। ਨੋ ਦੇਖ ਰਹੇ ਹਾਂ ਬੱਚਿਆਂ ਦਾ ਦਰਦ, ਆਪਣੀ ਮਾਂ ਦੇ ਲਈ ਬੱਚਿਆਂ ਦਾ ਦਰਦ, ਬਹੁਤ ਪੈਸੇ ਲੱਗਣੇ ਆ ਭੈਣ ਜੀ ਉਹਨਾਂ ਦੇ ਓਪਰੇਸ਼ਨਾਂ 'ਤੇ।